ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੌਜੂਦਾ ਸਥਿਤੀ ਜੋ ਪਾਣੀ ਦੀ ਹੈ ਉਹਦੇ ਬਾਰੇ ਭੈਣ ਹਰਬੀਰ ਕੌਰ ਹੋਣਾ ਨੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਮੇਰੇ ਜਮੇ ਜਿਹੜੀ ਜ਼ਿੰਮੇ ਆ ਰਹੀ ਹੈ ਕਿ ਇਹਦੇ ਕਾਰਨ ਕੀ ਬਣੇ ਅਸੀਂ ਸਾਹਮਣੇ ਸਕਰੀਨ ਤੇ ਦੇਖ ਰਹੇ ਹਾਂ ਕਿ ਜਿਹੜੇ ਪਾਣੀ ਦੇ ਘਟਣ ਦੇ ਕੁਝ ਮੁੱਖ ਕਾਰਨ ਨੇ ਅਸੀਂ ਇਹਨਾਂ ਤੇ ਇੱਕ ਇੱਕ ਕਰਕੇ ਗੱਲਬਾਤ ਕਰਾਂਗੇ ਇਕੱਲੀ ਸਮੱਸਿਆ ਜ਼ਿਕਰ ਪਾਣੀ ਦਾ ਘਟਣਾ ਨਹੀਂ ਜਿਵੇਂ ਇਸ ਤੋਂ ਪਹਿਲਾਂ ਭੈਣ ਜੀ ਹੋਰਾਂ ਨੇ ਗੱਲ ਕੀਤੀ ਅਖੀਰਲੀ ਸਲਾਈਡ ਦੇ ਵਿੱਚ ਇਹਨਾਂ ਨੇ ਗੱਲ ਕੀਤੀ ਸੀ ਪਾਣੀ ਦੇ ਪਲੀਟ ਹੋਣ ਦੀ ਕਿਉਂਕਿ ਉਹ ਨਾਲ ਲਗਮੀ ਗੱਲ ਚੱਲ ਰਹੀ ਆ ਤਾਂ ਮੈਂ ਇੱਕ ਅੱਧਾ ਮਿੰਟ ਲੈ ਕੇ ਫਿਰ ਉਸ ਤੋਂ ਅੱਗੇ ਪਾਣੀ ਦੇ ਘਟਣ ਵਾਲੇ ਜਿਹੜੇ ਮੁੱਖ ਮੁੱਦੇ ਨੇ ਉਹਨਾਂ ਤੇ ਕਾਰਨਾ ਤੇ ਆਵਾਂਗਾ ਮੋਗੇ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਹੈ ਮਾੜੀ ਮੁਸਤਾਫਾ ਸ਼ਾਇਦ ਤੁਹਾਨੂੰ ਸਾਰਿਆਂ ਨੂੰ ਉਸ ਪਿੰਡ ਦੇ ਨਾਮ ਦੇ ਬਾਰੇ ਜਾਣਕਾਰੀ ਹੋਵੇਗੀ ਕੁਝ ਸਮਾਂ ਪਹਿਲਾਂ ਵੀਰ ਸ਼ਿਵਜੀਤ ਸਿੰਘ ਹੋਣਾ ਨੇ ਇੱਕ ਜਾਣਕਾਰੀ ਸਾਂਝੀ ਕੀਤੀ ਸੀ ਮਰੀਜ਼ਾਂ ਦੇ ਉੱਪਰ ਕਾਫੀ ਜ਼ਿਆਦਾ ਉਹਨਾਂ ਦਾ ਕੰਮਕਾਜ ਹੈ ਸਿਹਤ ਵਿਭਾਗ ਦੇ ਵਿੱਚ ਕੰਮਕਾਜ ਕਰਦੇ ਨੇ ਤਾਂ ਕਹਿੰਦੇ ਕਿ ਮਾੜੀ ਮੁਸਤਫਾ ਦੇ ਵਿੱਚ ਹਰ ਤੀਜਾ ਘਰ ਜਾਂ ਤਾਂ ਕੈਂਸਰ ਜਾਂ ਕਾਲੇ ਪੀਲੇ ਤੇ ਜਾਂ ਦਿਲ ਦੇ ਰੋਗਾਂ ਦਾ ਮਰੀਜ਼ ਹੈ ਉਹਦਾ ਕਾਰਨ ਜਦੋਂ ਜਾਣਿਆ ਗਿਆ ਤਾਂ ਕੁਝ ਸਾਲ ਪਹਿਲਾਂ ਉਸ ਪਿੰਡ ਦੇ ਵੱਲੋਂ ਗੰਦਾ ਪਾਣੀ ਬੋਹਰ ਕਰਕੇ نیچے ਡੰਪ ਕਰ ਦਿੱਤਾ ਗਿਆ نیچے ਪੇਸ ਦਿੱਤਾ ਗਿਆ ਇਹ ਕਾਰਨ ਉਹਦਾ ਉਹਨਾਂ ਨੂੰ ਉਸ ਪਿੰਡ ਦੇ ਵਿੱਚ ਗੱਲਬਾਤ ਕਰਕੇ ਪਤਾ ਲੱਗਿਆ ਸੇਮ ਗੱਲ ਜਿਹੜੀ ਭੈਣਜੀ ਹੁਰੀ ਬੁੱਢੇ ਦਰਿਆ ਦੇ ਬਾਰੇ ਤੁਸੀਂ ਦੇਖ ਰਹੇ ਸੀ ਸਲਾਈਡ ਦੇ ਵਿੱਚ ਜਾਂ ਕਾਲਾ ਸੰਘਿਆ ਡਰੇਨ ਦਾ ਆਪਾਂ ਬਹੁਤ ਵਾਰ ਸੁਣਦੇ ਆਂ ਪਿੱਛੇ ਜੀ ਕਾਫੀ ਮਸਲਾ ਵੀ ਬਣਿਆ ਰਿਹਾ ਇਸ ਮਸਲੇ ਦਾ ਕਿਉਂਕਿ ਬੁੱਢੇ ਦਰਿਆ ਦੇ ਵਿੱਚ ਜਿੰਨੀ ਡਾਈੰਗ ਇੰਡਸਟਰੀ ਹੈ ਉਹ ਸਾਰੀ ਆਪਣਾ ਅਨਟਰੀਟਿਡ ਪਾਣੀ ਜਿਹੜਾ ਆ ਗੈਰ ਸੋਧਿਆ ਹੋਇਆ ਪਾਣੀ ਉਹ ਸੁੱਟਦੀ ਹੈ ਤੇ ਸਰਕਾਰ ਦੇ ਵੱਲੋਂ ਜਾਂ ਕਾਰਪੋਰੇਟ ਘਰਾਣਿਆਂ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਉਹਨਾਂ ਦੀ ਆਪਣੀ ਜੋ ਵੀ ਨੀਤੀ ਸੀ ਉਹਦੇ 'ਚ ਕਿ ਉਸ ਨੂੰ ਸਤਲੁਜ ਦੇ ਬਿਲਕੁਲ ਕੰਢੇ ਤੇ ਲੈ ਜਾਇਆ ਜਾਵੇ ਜਿਸ ਦੇ ਕਾਰਨ ਬਾਅਦ ਦੇ ਵਿੱਚ ਮੱਤੇਵਾੜਾ ਜੰਗਲ ਦਾ ਮਸਲਾ ਬਣਦਾ ਆ। ਸੋ ਕੇਵਲ ਤੇ ਕੇਵਲ ਸਾਡੀ ਜ਼ਿੰਮੇਵਾਰੀ ਜਿੱਥੇ ਜਿੱਥੇ ਸਾਡੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਪਾਣੀ ਨੂੰ ਬਚਾਉਣ ਦੀ ਜਿਹੜਾ ਜ਼ਮੀਨੀ ਪਾਣੀ ਹੈਗਾ ਉਸ ਦੇ ਨਾਲ ਹੀ ਇਸ ਨੂੰ ਸਾਫ਼ ਰੱਖਣ ਦੇ ਪ੍ਰਤੀ ਵੀ ਸਾਡੀ ਇੱਕ ਵੱਡੀ ਜ਼ਿੰਮੇਵਾਰੀ ਬਣਦੀ ਹੈ ਜਿਹੜਾ ਪਾਣੀ ਘਟ ਰਿਹਾ ਉਹਦੇ ਮੁੱਖ ਕਾਰਨਾਂ ਤੇ ਗੱਲਬਾਤ ਕਰੀਏ ਤਾਂ ਜਿਹੜਾ ਅਸੀਂ ਪਹਿਲਾ ਕਾਰਨ ਪੜ੍ਹ ਰਹੇ ਹਾਂ ਕਿ ਖੇਤੀ ਦੇ ਲਈ ਪਾਣੀ ਦੇ ਸੋਮਿਆਂ ਦੇ ਵਿੱਚ ਬਦਲਾ ਭਾਰਤੀ ਰਾਜਸੀ ਨੀਤੀ ਦੇ ਤਹਿਤ ਜਿਹੜਾ ਰਵਾਇਤੀ ਮਾਡਲ ਸੀਗਾ ਸਾਡਾ ਜਿਹੜਾ ਪੰਜਾਬ ਦਾ ਰਵਾਇਤੀ ਫਸਲੀ ਮਾਡਲ ਸੀ ਉਸ ਨੂੰ ਬਦਲ ਕੇ ਇੱਕ ਨਵਾਂ ਮਾਡਲ ਜਿਹੜਾ ਕਣਕ ਝੋਨੇ ਵਾਲਾ ਮਾਡਲ ਜਿਹੜਾ ਹੈਗਾ ਉਹ ਦਿੱਤਾ ਗਿਆ ਤੇ ਅਸਲ 'ਚ ਕਿਸਾਨ ਇਹਦੇ 'ਚ ਜ਼ਿੰਮੇਵਾਰ ਨਹੀਂ ਹੈ ਕਿਸਾਨ ਖੁਦ ਇੱਕ ਵਿਕਟਮ ਹੈ ਕਿਉਂਕਿ ਉਹਨੂੰ ਆਏ ਸਾਲ ਬੋਰ ਡੂੰਗੇ ਕਰਨੇ ਪੈਂਦੇ ਨੇ ਉਹਨੂੰ ਆਏ ਸਾਲ ਹੋਰ ਬਥੇਰੇ ਖਰਚੇ ਨੇ ਇਨਪੁਟ ਉਹਦੀ ਵਧ ਰਹੀ ਹੈ ਆਉਟਪੁਟ ਉਹਦੀ ਘਟ ਰਹੀ ਹੈ ਹਾਲਤੇ ਅੰਤ ਨੂੰ ਸਰਕਾਰਾਂ ਨੇ ਇਹਦਾ ਕਰਨਾ ਹੈਗਾ ਜਿੱਥੇ ਸਾਡੀ ਵੱਡੀ ਜ਼ਿੰਮੇਵਾਰੀ ਹੈ ਅਸੀਂ ਕਰਨਾ ਹੈ ਨਾਲ ਦੀ ਨਾਲ ਸਰਕਾਰਾਂ ਦੀ ਵੀ ਇੱਕ ਜ਼ਿੰਮੇਵਾਰੀ ਹੈ ਸੋ ਇਹ ਮਾਡਲ ਜਿੱਥੇ ਦਿੱਤਾ ਗਿਆ ਸੀਗਾ ਇੱਕ ਲੈਕਚਰ ਦੇ ਵਿੱਚ ਭਾਜੀ ਮੰਤੀਰ ਸਿੰਘ ਜੀ ਹੋਰਾਂ ਨੇ ਗੱਲ ਕਰੀ ਸੀ ਜਦੋਂ 1984 ਦੇ ਕੱਲੂਕਾਰ ਇਹਦੇ ਕਾਰਨਾਂ ਤੇ ਗੱਲ ਕਰਦੇ ਆਂ ਤੇ ਇਹਨਾਂ ਨੇ ਦੱਸਿਆ ਸੀ ਕਿ ਜਿਹੜੀ ਭਾਰਤ ਦੀ ਫੂਡ ਸਿਕਿਉਰਿਟੀ ਹੈ ਭਾਰਤ ਆਪਣੀ ਫੂਡ ਸਿਕਿਉਰਿਟੀ ਦੇ ਲਈ ਵੱਡੇ ਤੌਰ ਤੇ ਜਿਹੜਾ ਉਹ ਪੰਜਾਬ ਦੇ ਉੱਤੇ ਨਿਰਭਰ ਹੋ ਗਿਆ ਸੀ ਵੀ ਇੱਕ ਵੱਡਾ ਕਾਰਨ ਸੀ ਜਿੱਥੇ ਹੋਰ ਕਾਰਨ ਸੀਗੇ ਸੋ ਉਪਜਾਊ ਖੇਤਾਂ ਹੈ ਜਿਹਦੇ ਕਰਕੇ ਇੱਕ ਨਵਾਂ ਖੇਤੀ ਮਾਡਲ ਜਿਹੜਾ ਸਾਡੇ ਸਿਰ ਮੜਿਆ ਗਿਆ ਸੀ ਤੇ ਕਰਕੇ ਅਸੀਂ ਖੁਦ ਵੀ ਵਿਕਟਮ ਹੈਗੇ ਆ ਕਿਸਾਨ ਖੁਦ ਵੀ ਵਿਕਟਮ ਹੈ ਤੇ ਜਿਹੜਾ ਹੁਣ ਉਹਦੇ ਲਈ ਪਾਣੀ ਵਰਤਿਆ ਜਾਣਾ ਖੇਤੀ ਦੇ ਲਈ ਜਾਂ ਝੋਨੇ ਦੇ ਲਈ ਪਾਣੀ ਵਰਤਿਆ ਜਾਣਾ ਜਿਹੜਾ ਦੂਜੀਆਂ ਫਸਲਾਂ ਦੇ ਲਈ ਘੱਟ ਚਾਹੀਦਾ ਆ ਝੋਨਾ ਪਾਣੀ ਇਸ ਕਰਕੇ ਵੀ ਜ਼ਿਆਦਾ ਵਰਤਦਾ ਜਦੋਂ ਅਸੀਂ ਰਫੜ ਕਹਿ ਦਿੰਦੇ ਆ ਜਿਸ ਨੂੰ ਉਹਦੇ ਨਾਲ ਮੌਸਮ ਜਿਹੜੇ ਨੇ ਉਹ ਮਿੱਟੀ ਤੇ ਬਿਲਕੁਲ ਬੰਦ ਹੋ ਜਾਂਦੇ ਨੇ نیچے ਉਹਦੇ ਨਾਲ ਪਾਣੀ ਨਹੀਂ ਜਾਂਦਾ ਹੈਗਾ ਸੋ ਜਿਹੜੇ ਪਾਣੀ ਦੇ ਸੋਮੇ ਸੀ ਤੁਸੀਂ ਸਾਹਮਣੇ ਸਕਰੀਨ ਤੇ ਦੇਖ ਰਹੇ ਹੋ ਜਿਹੜਾ ਨਹਿਰੀ ਪਾਣੀ ਆ 1960 ਘਾਟ ਦੇ ਵਿੱਚ 58% ਵਰਤਦੇ ਸੀਗੇ ਔਰ ਜ਼ਮੀਨੀ ਪਾਣੀ ਜਿਹੜਾ ਉਹ 41% ਵਰਤਿਆ ਜਾਂਦਾ ਸੀਗਾ ਜਿਹੜਾ ਹੁਣ ਹੈ ਉਹ 75% ਤੇ ਝੋਨੇ ਹੀ ਖੇਤ ਰਕਬਾ ਉਦੋਂ 7% ਦੇ ਕਰੀਬ ਸੀ ਹੁਣ 75% ਦੇ ਕਰੀਬ ਹੈ ਉਦੋਂ ਦਾ ਤੇ ਹੁਣ ਦਾ ਫਰਕ ਦੇਖੀਏ ਉਦੋਂ ਨਹਿਰੀ ਪਾਣੀ ਜਿਹੜਾ ਹੈਗਾ ਉਹ 58% ਸੀ ਹੁਣ 25% ਤੇ ਉਦੋਂ 7% ਕੇਵਲ ਰਕਬਾ ਸੀਗਾ ਔਰ ਪੰਜਾਬੀ ਟ੍ਰਿਬਿਊਨ ਦੀ ਇਹ ਖਬਰ ਹੈ ਕਿ 17 17 ਸਾਲਾਂ ਦਾ ਪਾਣੀ ਬਚਿਆ ਔਰ 35 ਅਰਬ ਘਣਮੀਟਰ ਪਾਣੀ ਜਿਹੜਾ ਆ ਉਹ ਮੋਟਰਾਂ ਹਰ ਸਾਲ ਤਲਤੀ ਦੇ ਹੇਠੋਂ ਕੱਟ ਰਹੀਆਂ ਨੇ ਜਿਹੜਾ ਫਸਲੀ ਚੱਕਰ ਦੀ ਆਪਾਂ ਗੱਲ ਕਰ ਰਹੇ ਹਾਂ ਜਿਹੜਾ ਇੱਕ ਰਾਜਸੀ ਨੀਤੀ ਦੇ ਤਹਿਤ ਸਾਡੇ ਤੇ ਹੈ ਤਾਂ ਉਹਦੇ 'ਚ ਜਿਹੜੀਆਂ ਫਸਲਾਂ ਨੂੰ ਤਰਜੀਹ ਦਿੱਤੀ ਗਈ ਹੈ ਜਿੱਥੇ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਝੋਨਾ ਆ ਉਹ ਮੱਕੀ, ਜਵਾਰ, ਬਾਜਰਾ ਉਹਨਾਂ ਦੇ ਮੁਕਾਬਲੇ ਉਹਦੀ ਜਿਹੜੀ ਰੇਟ ਹੈ ਉਸਦੀ ਦਰ ਹੈ ਉਸਦੀ ਬਿਜਾਈ ਹੈ ਉਹ ਕਾਫੀ ਘਟ ਹੈਗੀ ਅਸੀਂ ਦੇਖ ਰਹੇ ਹਾਂ ਸਾਹਮਣੇ ਜਿਨੇ ਤੁਹਾਨੂੰ ਵੱਡੇ ਗ੍ਰਾਫ ਇਹਦੇ ਵਿੱਚ ਦਿਖ ਰਹੇ ਨੇ ਕਾਲੇ ਰੰਗ ਦੇ ਉਹ ਝੋਨੇ ਦੇ ਨੇ ਲੈ ਕੇ ਹਾਲਾਂਕਿ 1970 ਦੇ ਵਿੱਚ ਤੁਸੀਂ ਦੇਖ ਸਕਦੇ ਹੋ 1970 ਦੇ ਵਿੱਚ ਜਿਹੜੀ ਮੱਕੀ ਹੈ ਮੱਕੀ ਦੀ ਬਿਜਾਈ ਹੈ ਉਹ ਜ਼ਿਆਦਾ ਸੀਗੀ ਲੇਕਿਨ 1970 ਤੋਂ ਬਾਅਦ ਜਦੋਂ ਹਰੀ ਕ੍ਰਾਂਤੀ ਵਾਲੀ ਗੱਲ ਆਉਂਦੀ ਹੈ ਮੈਂ ਇੱਕ ਗੱਲ ਇੱਥੇ ਹੋਰ ਸਾਂਝੀ ਕਰ ਦੇਣਾ ਤੁਹਾਡੇ ਸਾਰਿਆਂ ਦੇ ਧਿਆਨ ਦੇ ਵਿੱਚ ਹੋਏਗੀ 2002 ਤੋਂ ਲੈ ਕੇ 2002 ਤੋਂ ਲੈ ਕੇ 2004 ਤੱਕ 3 ਸਾਲ ਮੀ ਨਹੀਂ ਸੀ ਪਏ ਬਾਅਦ ਵਿੱਚ ਪ੍ਰਕਾਸ਼ ਸਿੰਘ ਹੁਣੀ ਇੱਕ ਕਮੇਟੀ ਬਣਦੀ ਹੈ ਜਸਵਿੰਦਰ ਸਿੰਘ ਹੁਣਾ ਦੀ ਅਗਵਾਈ ਚੋਂ ਕਮੇਟੀ ਬਣਦੀ ਹੈ ਤੇ ਉਹ ਕਮੇਟੀ ਇਹ ਰეკਮੈਂਡੇਸ਼ਨਾਂ ਕਰਦੀ ਹੈ ਉਦੋਂ ਮੀ ਘਟਿਆ ਕਿਉਂ ਉਦੋਂ ਉਦੋਂ ਪੰਜਾਬ ਦੇ ਵਿੱਚ ਝੋਨੇ ਦੀ ਬਜਾਈ ਵੱਧਦੀ ਹੈ ਹੁਣ ਜਿਹੜੀਆਂ بارشਾਂ ਪੈਂਦੀਆਂ ਨੇ ਜਿਹੜੇ ਮੀਂਹ ਆਉਂਦੇ ਨੇ ਉਹਨਾਂ ਦਾ ਕਾਰਨ ਕੀ ਹੁੰਦਾ ਸੀ ਪ੍ਰੀ ਮੌਨਸੂਨ ਬਾਰੇ ਪੜਦੇ ਹਾਂ ਅਸੀਂ ਪੋਸਟ ਮੌਨਸੂਨ ਬਾਰੇ ਪੜਦੇ ਹਾਂ ਜਦੋਂ ਸਮੁੰਦਰਾਂ ਵੱਲੋਂ ਹਵਾਵਾਂ ਆਉਂਦੀਆਂ ਨੇ ਹਾਈ ਪ੍ਰੈਸ਼ਰ ਜ਼ੋਨ ਤੇ ਲੋ ਪ੍ਰੈਸ਼ਰ ਜ਼ੋਨ ਦੋ ਪ੍ਰੈਸ਼ਰ ਦੇ ਜ਼ੋਨ ਹੁੰਦੇ ਨੇ ਤੇ ਹਮੇਸ਼ਾ ਜਿਹੜੀ ਚੀਜ਼ ਹੈ ਕਿਸੇ ਵੀ ਨੇ ਵੀ ਹਾਈ ਤੋਂ ਲੋ ਵੱਲ ਨੂੰ ਜਾਣਾ ਹੈ ਹਾਈ ਪ੍ਰੈਸ਼ਰ ਤੋਂ ਲੋ ਪ੍ਰੈਸ਼ਰ ਵੱਲ ਨੂੰ ਹਵਾ ਮੂਵ ਕਰਦੀ ਹੈ ਜਦੋਂ ਇੱਥੇ ਝੋਨੇ ਦੀ ਬਜਾਈ ਇੱਕਦਮ ਵਧੀ ਇੱਕਦਮ ਹੋਈ ਕਿਉਂਕਿ ਪੁਰਾਣਾ ਵਾਤਾਵਰਨ ਸੀ ਜਿਹਦੇ ਕਰਕੇ ਲੋ ਪ੍ਰੈਸ਼ਰ ਜ਼ੋਨ ਹੁੰਦਾ ਸੀ ਤੇ ਆਟੋਮੈਟਿਕਲੀ ਸਾਡੇ ਬਰਸਾਤਾਂ ਜਿਹੜੀਆਂ ਨੇ ਉਹ ਜ਼ਿਆਦਾ ਹੁੰਦੀਆਂ ਸੀ ਜਦੋਂ ਚੋਨੇ ਦੀ ਵਿਜ਼ਾਈ ਜ਼ਿਆਦਾ ਹੁੰਦੀ ਹੈ ਇੱਕਦਮ ਉਹ ਜਿਹੜਾ ਲੋ ਪ੍ਰੈਸ਼ਰ ਜ਼ੋਨ ਹੈ ਉਹ ਹਾਈ ਪ੍ਰੈਸ਼ਰ ਜ਼ੋਨ ਦੇ ਵਿੱਚ ਬਦਲਦਾ ਜਿਹਦੇ ਕਰਕੇ ਮਾਨਸੂਨ ਆਪਣਾ ਰਸਤਾ ਬਦਲਦਾ ਤੇ ਤਿੰਨ ਸਾਲ ਬਰਸਾਤਾਂ ਨਹੀਂ ਹੁੰਦੀਆਂ ਬਾਅਦ ਵਿੱਚ ਉਹ ਕਮੇਟੀ ਇਹ ਰეკਮੈਂਡ ਕਰਦੀ ਹੈ ਸਿਫਾਰਿਸ਼ ਕਰਦੀ ਹੈ ਕਿਚੋਂ ਨਹਿਰ ਦੀ ਬਜਾਈ ਦੀਆਂ ਤਰੀਕਾਂ ਨਿਯਤ ਕੀਤੀਆਂ ਜਾਂ ਜਿਸ ਤੇ ਪਿਛਲੇ ਕੁਝ ਸਾਲਾਂ ਤੋਂ ਫਿਰ ਲਗਾਤਾਰ ਸਰਕਾਰਾਂ ਨੇ ਕੰਮ ਕੀਤਾ ਆ ਸੁਚੋਣੇ ਦੀ ਬਜਾਈ ਦੀਆਂ ਤਰੀਕਾਂ ਨਿਯਤ ਕਰਨ ਵਾਲੀ ਗੱਲ ਉੱਥੋਂ ਸ਼ੁਰੂ ਹੁੰਦੀ ਹੈ ਕਾਰਨ ਉੱਥੋਂ ਵੀ ਸਾਨੂੰ ਸਿੱਧਾ ਸਪਸ਼ਟ ਹੋ ਗਿਆ ਕਿ ਕਿਵੇਂ ਇਹ ਸਾਡੇ ਮਾਨਸੂਨ ਨੂੰ ਵੀ ਪ੍ਰਭਾਵਿਤ ਕਰਦਾ ਦੋ ਖਬਰਾਂ ਤੁਸੀਂ ਸਾਹਮਣੇ ਦੇਖ ਰਹੇ ਹੋ ਇੱਕ ਖਬਰ ਇਹ ਗੱਲ ਕਰ ਰਹੀ ਹੈ ਹਿੰਦੁਸਤਾਨ ਟਾਈਮ ਦੀ ਕਿ ਪੰਜਾਬ ਦੀ ਖੇਤੀਬਾੜੀ ਸਭ ਤੋਂ ਵੱਧ ਸਫਰ ਕਰੇਗੀ ਜਿਹੜਾ ਕਲਾਈਮੇਟ ਚੇਂਜ ਹੋ ਰਿਹਾ ਜਿਹੜਾ ਵਾਤਾਵਰਣ ਦੇ ਵਿੱਚ ਬਦਲਾਅ ਆ ਰਿਹਾ ਆ ਜਾਂ ਦੂਸਰੀ ਗੱਲ ਜਿਹੜੀ ਅਸੀਂ ਪਿਛੇ ਵੀ ਕਰ ਚੁੱਕੇ ਹਾਂ ਕਿ ਪਿਛਲੇ ਦੋ ਦਹਾਕਿਆਂ ਦੇ ਵਿੱਚ ਜਿਹੜੇ ਮੀਂਹ ਘਟੇ ਨੇ ਤਾਂ ਕਿਸ ਤਰ੍ਹਾਂ ਮੀਂਹ ਦੇ ਘਟਣ ਦਾ ਝੋਨੇ ਦੇ ਨਾਲ ਸਾਡਾ ਸਬੰਧ ਹੈਗਾ ਉਹ ਅਸੀਂ ਇਹਦੇ ਥਰੂ ਜਾਣਿਆ ਆ ਹੁਣ ਝੋਨੇ ਦੀ ਬਿਜਾਈ ਦਾ ਜ਼ਮੀਨੀ ਪਾਣੀ ਡਿੱਗਣ ਦੇ ਨਾਲ ਕੀ ਸਬੰਧ ਹੈ 1968 ਦੇ ਵਿੱਚ ਜਿਹੜੀ ਅਸੀਂ ਗੱਲ ਕਰਦੇ ਸੀ ਕਿ ਕੇਵਲ 7% ਬਿਜਾਈ ਸੀਗੀ ਤੇ ਉਦੋਂ ਗੈਰ ਅਤਿਸ਼ੋਸ਼ਿਤ ਬਲਾਕ ਜਿਹੜੇ ਸੀਗੇ ਉਹ 100% ਸੀਗੇ 2018 ਤੇ ਆਉਣੇ ਆ ਜਾਂ 1984 ਤੇ ਆਉਣੇ ਆ ਜਦੋਂ ਹਰੀ ਕ੍ਰਾਂਤੀ ਤੋਂ ਬਾਅਦ ਬਿਜਾਈ ਸ਼ੁਰੂ ਹੁੰਦੀ ਆ ਜਾਂ ਮਾਡਲ ਤੁਹਾਡੇ ਤੇ ਲੱਗਣਾ ਸ਼ੁਰੂ ਹੋ ਜਾਂਦਾ 1999 ਤੇ ਦੇਖੀਏ ਜਦੋਂ 99 2000 ਤੋਂ ਆਪਾਂ ਗੱਲ ਕਰੀਏ ਨਾ ਕਿ ਉਸ ਤੋਂ ਬਾਅਦ ਘਟਨਾ ਸ਼ੁਰੂ ਹੋ ਜਾਂਦਾ ਉਦੋਂ ਹੀ ਜ਼ਮੀਨੀ ਪਾਣੀ ਡਿੱਗਣੇ ਘਟਣਾ ਸ਼ੁਰੂ ਹੋਏ ਨੇ ਤੇ ਉਦੋਂ ਹੀ ਬਾਰਿਸ਼ਾਂ ਘਟਣੀਆਂ ਸ਼ੁਰੂ ਹੋਈਆਂ ਨੇ 2018 ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਝੋਨੇ ਦੇ ਹੇਠ ਰੱਖਵਾ ਜਿਹੜਾ ਉਹ 73% ਤੱਕ ਹੋਇਆ ਤੇ ਜਿਹੜਾ ਜਿਹੜੇ ਸ਼ੋਸ਼ਿਤ ਬਲਾਕ ਹੈਗੇ ਨੇ ਜਿੱਥੇ ਜ਼ਮੀਨੀ ਪਾਣੀ ਘਟਾਇਆ 80% ਬਲਾਕਾਂ ਦੇ ਵਿੱਚੋਂ ਜ਼ਮੀਨੀ ਪਾਣੀ ਜਿਹੜਾ ਹੈ ਉਹ ਘਟਾਇਆ ਛੋਟੇ ਹੁੰਦਿਆਂ ਵੀ ਸਾਰਿਆਂ ਨੇ ਪੜਿਆ ਕਿ ਜਿੰਨੇ ਰੁੱਖ ਵਧ ਹੋਣਗੇ ਉਨੀਆਂ ਬਰਸਾਤਾਂ ਜਿਆਦਾ ਹੋਣਗੀਆਂ ਇੱਕ ਰਿਪੋਰਟ ਹੈ ਨੀਲਕਮਲ ਹੁਣਾ ਦੀ ਰਿਪੋਰਟ ਹੈ ਜਿਹੜੀ ਟਾਈਮਸ ਆਫ ਇੰਡੀਆ ਦੇ ਵਿੱਚ ਲੱਗੀ ਸੀ ਉਹਦਾ ਖੇਤੀਬਾੜੀ ਤੇ ਵਾਤਾਵਰਣ ਕੇਂਦਰ ਦੇ ਵੱਲੋਂ ਪੰਜਾਬੀ ਉਲੱਥਾ ਕੀਤਾ ਗਿਆ ਜਿਹੜਾ ਮੌਜੂਦਾ ਰਕਬਾ ਹੈਗਾ ਰੁੱਖਾਂ ਦੇ ਥੱਲੇ ਹਾਲਾਂਕਿ ਕੁਝ ਸਮਾਂ ਪਹਿਲਾਂ ਇਹ 6% ਰਿਪੋਰਟਿੰਗ ਕੀਤੀ ਜਾਂਦੀ ਸੀ ਹੁਣ ਇਹ ਜਿਹੜੀ ਰਿਪੋਰਟਿੰਗ ਹੈ ਉਹ ਹੈਗੀ 3.47% ਦੀ ਤੇ ਜਿਹੜਾ ਲੋੜਿੰਦਾ ਰਕਬਾ ਹੈ ਉਹ 33% ਹੈ ਕਿਸੇ ਵੀ ਖਿੱਤੇ ਦੇ ਲਈ ਭਾਰਤ ਦੇ ਵਿੱਚ ਹਾਲਾਂਕਿ 21.74% ਲੇਕਿਨ ਪੰਜਾਬ ਦੇ ਵਿੱਚ ਜਿਹੜਾ ਉਹ 3 3.47% ਦੇ ਆਇਆ। ਤੋਂ ਇਹ ਵੀ ਇੱਕ ਵੱਡਾ ਕਾਰਨ ਹੈ ਜ਼ਮੀਨੀ ਪਾਣੀ ਦੇ ਡਿੱਗਣ ਦਾ ਕਿਉਂਕਿ ਬਰਸਾਤਾਂ ਪੈਣ ਦੇ ਲਈ ਵੀ ਕਾਰਨ ਬਣਦੇ ਨੇ ਆਪਾਂ ਪੜ੍ਹਦੇ ਰਹੇ ਹਾਂ ਕਿ ਭੂਖੋਰ ਨੂੰ ਰੋਕਦਾ ਸੀਗਾ ਜਿਹੜਾ ਰੁੱਖ ਹੁੰਦੇ ਨੇ। ਤਾਂ ਜਿੱਥੇ ਬਰਸਾਤਾਂ ਵੱਧ ਪੈਂਦੀਆਂ ਨੇ ਉੱਥੇ ਨਾਲ ਹੀ ਜ਼ਮੀਨੀ ਪਾਣੀ ਵੀ ਉੱਚਾ ਰਹਿੰਦਾ ਆ। ਅਗਲੀ ਗੱਲ ਆਗੀ ਜੀ ਪਵਿੱਤਰ ਪਾਣੀ ਹੁਣ ਮੁਨਾਫੇ ਵਾਲੀ ਚੀਜ਼ ਜਿਹੜਾ ਕਾਰਪੋਰੇਟ જગਤ ਹੈ ਕਾਰਪੋਰੇਟ જગਤ ਕਿਵੇਂ ਦੁਰਵਲਤੋਂ ਕਰ ਰਿਹਾ ਅਸੀਂ ਹੁਣੇ ਗੱਲ ਕਰੀ ਐ ਜਿਹੜੀ ਡਾਈਂਗ ਇੰਡਸਟਰੀ ਦੀ ਉਸ ਤੋਂ ਇਲਾਵਾ ਮੈਂ ਕੱਲ ਗੱਲ ਕਰ ਰਿਹਾ ਸਾਂ ਸਿੰਗਾਪੁਰ ਦੇ ਵਿੱਚ ਜਿਹੜਾ ਟਾਇਲਟਸ ਦਾ ਪਾਣੀ ਹੈ ਉਹਨੂੰ ਵੀ ਟ੍ਰੀਟ ਕਰਕੇ ਪੀਣ ਯੋਗ ਪਾਣੀ ਬਣਾ ਕੇ ਵੇਚਿਆ ਜਾਂਦਾ ਆ ਸਿੰਗapore ਦੇ ਵਿੱਚ ਇਹ ਮਾਡਲ ਲਾਗੂ ਹੈਗਾ ਕਰਨਾਟਕ ਸ਼ਾਇਦ ਕਰਨਾਟਕ ਹੈ ਉੱਥੇ ਉੱਥੇ ਵੀ ਟਾਇਲਟਸ ਦੇ ਪਾਣੀ ਨੂੰ ਟ੍ਰੀਟ ਕਰਕੇ ਅੱਗੇ ਯੂਜ਼ ਕਰਦੇ ਨੇ ਅਕਸ਼ੇ ਕੁਮਾਰ ਉਹਦੀ ਮਸ਼ਹੂਰੀ ਵੀ ਕਰਦਾ ਰਿਹਾ ਪਿੱਛੇ ਜੇ ਸੋ ਕਾਰਪੋਰੇਟ ਜਗਤ ਹੀ ਇਕੱਲਾ ਦੁਰਵਲ ਤੋਂ ਨਹੀਂ ਕਰ ਰਿਹਾਗਾ ਕਾਰਪੋਰੇਟ ਜਗਤ ਤੋਂ ਇਲਾਵਾ ਕਿਉਂਕਿ ਗੱਲ ਮੁਨਾਫੇ ਵਾਲੀ ਚੀਜ਼ ਦੀ ਆ ਗਈ ਅਸੀਂ ਕੁਦਰਤੀ ਨਿਯਮਤ ਇਸ ਚੀਜ਼ ਨੂੰ ਸਮਝਣ ਦੀ ਬਜਾਏ ਪੂੰਜੀਵਾਦ ਵੱਲ ਗਏ ਆ ਘਰੀਲੂ ਕੰਮਾਂ ਦੇ ਵਿੱਚ ਅਸੀਂ ਦੁਰਵਲ ਤੋਂ ਕਰ ਰਹੇ ਆ ਖੇਤੀ ਕਾਰਜਾਂ ਦੇ ਲਈ ਜਿੱਦਾਂ ਅਸੀਂ ਦੇਖਦੇ ਹਾਂ ਕਿ ਜਦੋਂ ਅਸੀਂ ਖੇਤਾਂ ਦੇ ਵਿੱਚ ਕੋਈ ਵੀ ਕੰਮ ਕਰਦਾ ਹੁੰਦਾ ਆ ਜਾਂ ਅਸੀਂ ਪਾਣੀ ਉਹ ਹੀ ਲਾਉਣਾ ਵੱਡੇ ਕਿਾਰੇ ਖੇਤ ਦੇ ਕਣਕਦਿਆਂ ਚੋਨੇ ਦੇ ਰੱਖਣੇ ਉਹੀ ਜਦੋਂ ਲਾਈਟ ਚਲੀ ਜਾਂਦੀ ਆ ਮੰਨ ਲਓ ਕਿ ਇੱਕ ਏਕੜ ਦਾ ਆਪਣਾ ਇੱਕ ਕਿਯਾਰਾ ਹੈ ਤਾਂ ਲਾਈਟ ਜੇਕਰ 3 ਘੰਟੇ ਚੱਲੀ 3 ਘੰਟੇ ਦੇ ਵਿੱਚ ਉਹ ਪੂਰਾ ਨਹੀਂ ਭਰਿਆ ਲਾਈਟ ਚੱਲ ਗਈ ਉਹ ਤੀਜਾ ਹਿੱਸਾ ਜਾਂ ਚੌਥਾ ਹਿੱਸਾ ਭਰਿਆ ਅਗਲੇ ਦਿਨ ਦੁਬਾਰੇ ਆਈ ਉਹਨੇ ਮੁਰ ਤੋਂ ਜਿਹੜੇ ਰਕਬੇ ਨੂੰ ਪਾਣੀ ਮਿਲ ਗਿਆ ਸੀਗਾ ਉਸ ਨੂੰ ਪਹਿਲਾਂ ਭਰ ਕੇ ਫਿਰ ਅੱਗੇ ਚੱਲਣਾ ਆ ਆਪਣੀ ਸਮਝ ਨਾ ਹੋਣ ਕਰਕੇ ਜਾਗਰੂਕਤਾ ਨਾ ਹੋਣ ਕਰਕੇ ਅਸੀਂ ਖੇਤੀ 'ਚ ਵੀ ਕਰ ਰਹੇ ਹਾਂ ਅਸੀਂ ਘਰਾਂ 'ਚ ਵੀ ਕਰ ਰਹੇ ਹਾਂ ਪੈਂਜੀ ਹੋਰੀ ਗੱਲ ਕਰਦੇ ਸੀ ਕਿ ਅੱਗੇ ਉਦਮੀ ਉਹ ਮੰਨਿਆ ਜਾਂਦਾ ਸੀਗਾ ਜਿਹੜਾ ਨਲਕਾ ਗੀੜ ਕੇ ਪਾਣੀ ਭਰਦਾ ਹੁੰਦਾ ਸੀ ਹੁਣ ਉਦਮੀ ਉਹ ਮੰਨਿਆ ਜਾਂਦਾ ਜਿਹੜਾ ਮੋਟਰ ਬੰਦ ਕਰਕੇ ਆਉਂਦਾ ਆ ਸੋ ਚਲੇ ਮੁਨਾਫੇ ਵਾਲੀ ਚੀਜ਼ ਤੋਂ ਬਿਲਕੁਲ ਵੱਖਰੀ ਆ ਗੱਲ ਆ ਗਈ ਸੀ ਕਿ ਪਾਣੀ ਦੀ ਸਾਮ ਸੰਭਾਲ ਪੱਖੋਂ ਅਸੀਂ ਘੌਲੀ ਹੋਏ ਆਂ ਸੱਦੀ ਇਹ ਬਿਰਤੀ ਬਣੀ ਹੈ ਕਿ ਅਸੀਂ ਕੀ ਲੈਣਾ ਆਂ ਸਾਨੂੰ ਕੀ ਲੋੜ ਹੈਗੀ ਆ ਅਕਸਰ ਘਰੇ ਜਦੋਂ ਜੇਕਰ ਕੋਈ ਨੌਜਵਾਨ ਜਾਂ ਸਾਡੇ ਚੋਂ ਕੋਈ ਗੱਲ ਕਰਦਾ ਆ ਆਪਾਂ ਸਾਰਿਆਂ ਨੇ ਸ਼ਾਇਦ ਇਹ ਚੀਜ਼ ਤਜਰਬਾ ਕੀਤਾ ਹੋਵੇਗਾ ਜਦੋਂ ਆਪਾਂ ਇਦਾਂ ਦੀ ਗੱਲ ਕਰਦੇ ਆ ਤੇ ਅਗਲੇ ਕਹਿੰਦੇ ਕਿ ਤੇਰੇ ਕਿਹਾਂ ਜਾਂ ਤੇਰੇ ਇਕੱਲੇ ਦੇ ਕਰਿਆਂ ਕੀ ਫਰਕ ਪੈਣ ਲੱਗਾ ਸੋ ਜਿਹੜੀ ਜਾਂ ਸਾਡੇ ਇਕੱਲੇ ਦੇ ਕਰਨ ਲੱਗਿਆ ਜਦੋਂ ਅਸੀਂ ਕਿਸੇ ਨੂੰ ਵੀ ਕਹਿੰਨੇ ਆ ਤਾਂ ਸਾਨੂੰ ਇਸ ਮਾਨਸਿਕਤਾ ਚ ਵੀ ਇੱਕ ਵੱਡਾ ਕਾਰਨ ਹੈਗਾ ਅਸੀਂ ਜਿਹੜਾ ਅਜ਼ਾਈ ਜਾਂਦਾ ਉਹਨੂੰ ਅਜ਼ਾਈ ਜਾਣ ਦਿੰਨੇ ਆ ਜਾਂ ਜਿਹੜਾ ਸਾਡੇ ਕਰਨ ਵਾਲਾ ਕਾਰਜ ਹੈ ਅਸੀਂ ਉਹ ਨਹੀਂ ਕਰਦੇਗੇ ਪੂੰਜੀਵਾਦ ਦਾ ਨਜ਼ਰੀਆ ਜਿਹੜਾ ਹੈ ਉਹ ਹੈਗਾ ਕਿ ਠੀਕ ਹੈ ਜਿੰਨਾ ਫਾਇਦਾ ਹੋ ਸਕੇ ਲੇਕਿਨ ਗੁਰਮਤ ਜਿਹੜੀ ਗੁਰੂ ਨਾਨਕ ਸਾਹਿਬ ਗੱਲ ਕਰਦੇ ਨੇ ਪਾਣੀ ਪੀਤਾ ਵਾਲੀ ਤਾਂ ਫਿਰ ਰੂੜੇ ਜਾਂਦੇ ਪਾਣੀ ਨੂੰ ਗੁਰਸਿੱਖ ਹੀ ਸਮਝੇਗਾ ਕਿ ਮੇਰਾ ਪਿਓ ਰੁੜਿਆ ਜਾ ਰਿਹਾ ਹੈ ਕਿਉਂਕਿ ਗੁਰੂ ਸਾਹਿਬ ਨੇ ਦਰਜਾ ਹੀ ਉਹ ਦਿੱਤਾ ਨਾ ਤਪੂਂਜੀਵਾਦਾ ਨਜ਼ਰੀਆ ਉਹਦੇ ਚੋਂ ਮੁਨਾਫਾ ਕੱਟਣ ਦਾ ਨਜ਼ਰੀਆ ਹੈ ਗੁਰਮਤਿ ਦਾ ਨਜ਼ਰੀਆ ਉਸ ਨਿਆਮਤ ਨੂੰ ਸਾਂਭਣ ਦਾ ਜਿਹੜਾ ਨਜ਼ਰੀਆ ਹੈ ਕੁਦਰਤੀ ਨਿਆਮਤਾਂ ਦੀ ਕੁਝ ਅਜੀ ਵਰਤੋਂ ਦੀ ਗੱਲ ਅਸੀਂ ਨਾਲ ਦੀ ਨਾਲ ਪਿਛਲੀ ਸਲਾਈਡ 'ਚ ਵੀ ਕਰ ਲਈਏ ਜਿਸ ਤਰ੍ਹਾਂ ਮੈਂ ਖੇਤੀ ਦੀ ਗੱਲ ਕਰੀ ਐ ਇਸੇ ਤਰ੍ਹਾਂ ਅਸੀਂ ਘਰਾਂ ਦੇ ਵਿੱਚ ਕਰਦੇ ਆਂ ਜਾਂ ਕਾਰਪੋਰੇਟ ਘਰਾਣੇ ਬਿਲਕੁਲ ਇਸੇ ਤਰ੍ਹਾਂ ਕਰ ਰਹੇ ਨੇ ਤੀਸਰਾ ਹੈਪੂ ਵਿਖਤ ਅੰਦੇਸ਼ੀਆਂ ਦੇ ਬਾਰੇ ਜਾਗਰੂਕਤਾ ਨਾ ਹੋਣਾ ਕਿ ਸਾਨੂੰ ਆਉਣ ਵਾਲੇ ਖਤਰੇ ਕਿਉਂਕਿ ਬਹੁਤ ਵੱਡੀ ਗਿਣਤੀ ਇੱਕ ਇਹ ਵੀ ਹੈ ਜਿਨ੍ਹਾਂ ਨੂੰ ਇਹ ਲੱਗਦਾ ਕਿ ਨਹੀਂ ਇਹ ਨਹੀਂ ਹੋ ਸਕਦਾ ਅਕਸਰ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਤੇ ਇਹ ਹੁੰਦਾ ਕਿ ਨਹੀਂ ਜੇਕਰ ਪ੍ਰਮਾਤਮਾ ਨੇ ਧਰਤੀ ਬਣਾਈ ਹੈ ਤਾਂ ਉਹ ਇੱਥੇ ਕੁਝ ਵੀ ਐਸਾ ਨਹੀਂ ਵਾਪਰਨ ਦੇਵੇਗਾ ਪਾਣੀ ਨਹੀਂ ਮੁੱਕਣ ਦੇਵੇਗਾ ਪਰ ਸਾਨੂੰ ਉਹਨਾਂ ਨੇ ਬਣਾ ਦਿੱਤੇ ਤੇ ਜ਼ਿੰਮੇਵਾਰੀ ਵੀ ਤਾਂ ਸਾਨੂੰ ਦਿੱਤੀ ਨਾ ਬੰਦਾ ਵੀ ਤਾਂ ਉਹਨਾਂ ਨੇ ਬਣਾਇਆ ਬੰਦੇ ਦੇ ਵਿੱਚ ਮਤ ਵੀ ਤਾਂ ਉਹਨਾਂ ਨੇ ਬਖਸ਼ੀ ਆ ਤਾਂ ਬੰਦੇ ਨੇ ਮਤ ਤੇ ਆਪਣੀ ਵਲਤ ਨਹੀਂ ਹੈ ਨਾ ਚਨਈ ਦੇ ਵਿੱਚ ਵਾਟਰ ਟ੍ਰੇਨ ਵਾਲਾ ਕਨਸੈਪਟ ਵੀ ਆਪਾਂ ਸੁਣਿਆ ਪਿਛਲੇ ਸਮੇਂ ਦੇ ਵਿੱਚ ਪਿਛਲੇ ਸਾਲ ਹੀ ਹਾਲਾਂਕਿ ਪਿਛਲੇ ਸਾਲ ਹੜ੍ਹ ਵੀ ਆਏ ਲੇਕਿਨ ਉੱਥੇ ਵਾਟਰ ਟ੍ਰੇਨ ਦੇ ਰਾਹੀਂ ਪਾਣੀ ਦੀਆਂ ਰੇਲਾਂ ਦੇ ਰਾਹੀਂ ਉੱਥੇ ਪਾਣੀ ਪਹੁੰਚਾਉਣ ਦੀ ਜ਼ਰੂਰਤ ਪੈਂਦੀ ਰਹੀ ਰਾਜਸਥਾਨ ਦੇ ਬਾਰੇ ਹੋਰ ਕਈ ਇਲਾਕਿਆਂ ਦੇ ਬਾਰੇ ਅਸੀਂ ਅਜਹੀਆਂ ਗੱਲਾਂ ਸੁਣੀਆਂ ਨੇ ਸੋ ਇਹ ਕੁਝ ਕਾਰਨ ਸਨ ਜੋ ਸਾਨੂੰ ਲੱਗੇ ਕਿ ਇੱਕ ਵੱਡੇ ਕਾਰਨ ਨੇ ਇਸ ਤੋਂ ਬਾਅਦ ਹੱਲ ਦੇ ਬਾਰੇ ਮਲਕੀਤ ਸਿੰਘ ਜੀ ਗੱਲ ਕਰਨਗੇ ਉਸ ਤੋਂ ਬਾਅਦ ਤੁਹਾਨੂੰ ਵੀ ਕੁਝ ਕਾਰਨ ਲੱਗੇ ਅਸੀਂ ਉਹਨਾਂ ਸਾਰਿਆਂ ਤੇ ਗੱਲਬਾਤ ਕਰਾਂਗੇ ਬਹੁਤ ਮਿਹਰਬਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ